ਤਰੀਕ ਬੀਤੀ 19 ਤਰੀਕ ਨੂੰ ਜਿਹੜਾ ਇੱਕ ਹਰਬੰਸ ਸਿੰਘ ਨਾਮ ਦੇ ਲੜਕੇ ਦਾ ਜਿਹੜਾ ਪੁਲਿਸ ਸਟੇਸ਼ਨ ਸੁਲਤਾਨ ਪਿੰਡ ਦੇ ਏਰੀਏ ਦੇ ਵਿੱਚ ਜਿਹੜਾ ਇੱਕ ਮਰਡਰ ਹੋ ਗਿਆ ਸੀ, ਬੜਾ ਬਰੂਟਲੀ ਉਹਦਾ ਮਰਡਰ ਕੀਤਾ ਗਿਆ ਸੀਗਾ ਸ਼ਾਰਪ ਵੈਪਨਸ ਦੇ ਨਾਲ। ਉਹਦੇ ਵਿੱਚ ਜਿਹੜਾ SP ਸਰ ਹਰਜੀਤ ਸਿੰਘ ਜੀ ਨੇ ਔਰ ਨਾਲ ਇਹਨਾਂ ਦੇ ACP ਸੁਸ਼ੀਲ ਕੁਮਾਰ, ਸਾਡੇ ਨਵੇਂ ਆਫਿਸਰ ਜਿਹੜੇ ਨੇ ਅਭਿਮਨਿਊ ਰਾਣਾ ਜੀ, SHO ਸਾਹਿਬ ਚੌਂਕੀ ਚਾਰਜ, ਇਹਨਾਂ ਸਾਰਿਆਂ ਨੇ ਬਹੁਤ ਹੀ ਕੰਟੀਨਿਊਸਲੀ ਇਸ ਦੇ ਉੱਪਰ ਕੰਮ ਕਰਕੇ ਜਿਹੜਾ ਇਹਨੂੰ ਕੱਲ੍ਹ ਸ਼ਾਮ ਨੂੰ ਜਿਹੜਾ ਅੱਜ ਸਵੇਰੇ ਅਰਲੀ ਮੋਰਨਿੰਗ ਜਿਹੜਾ ਰੇਡ ਕਰਕੇ ਤਲਵੰਡੀ ਸਾਬੋ ਤੋਂ ਦੋਨਾਂ ਜਿਹੜਾ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਜਿਹੜੇ ਦੋਨੋਂ ਮੁਲਜ਼ਮ ਸੀਗੇ ਇਹਦੇ ਨਾਲ ਸੰਪਰਕ ਦੇ ਵਿੱਚ 11 ਤਰੀਕ ਨੂੰ ਆਏ ਸੀਗੇ ਔਰ ਇਹਨਾਂ ਨੂੰ ਕੋਈ ਜੇਲ੍ਹ ਦੇ ਵਿੱਚ ਜਿਹੜਾ ਲੜਕਾ ਬੈਠਾ ਆ ਉਹ ਜਿਹੜਾ ਉਸਨੇ ਇਹਨਾਂ ਨਾਲ ਕੰਟੈਕਟ ਕਰਾਇਆ ਸੀਗਾ। ਕੰਟੈਕਟ ਕਰਾਉਣ ਦਾ ਮਕਸਦ ਇਹ ਸੀਗਾ ਵੀ ਇਸ ਇਹਨਾਂ ਦੋਨਾਂ ਨੂੰ ਜਿਹੜਾ ਨਿਹੰਗ ਸਿੰਘ ਹੈ ਸਾਜਨ ਔਰ ਇਹਦਾ ਜਿਹੜਾ ਫਾਦਰ ਹੈ, ਇਹਨਾਂ ਨੂੰ ਇੱਕ ਇਹਨਾਂ ਨੇ ਮਰਡਰ ਕਰਨਾ ਸੀਗਾ, ਉਹਦੇ ਲਈ ਇਹਨਾਂ ਨੂੰ ਪਿਸਟਲ ਦੀ ਜ਼ਰੂਰਤ ਸੀਗੀ ਔਰ ਜਿਹੜਾ ਹਰਬੰਸ ਸਿੰਘ ਹੈ ਇਹਨੇ ਕਿਹਾ ਸੀ ਮੈਂ ਤੁਹਾਨੂੰ ਪਿਸਟਲ ਦਵਾ ਦਾਂਗਾ। 20,000 ਰੁਪਈਆ ਹਰਬੰਸ ਸਿੰਘ ਨੇ ਇਹਨਾਂ ਤੋਂ ਲੈ ਲਿਆ ਸੀਗਾ, 6,000 ਰੁਪਈਆ ਕਿਸੇ ਦੇ ਅਕਾਊਂਟ ਦੇ ਵਿੱਚ ਪਏ ਸੀ, ਬਾਕੀ ਉਹਦੇ ਗਲਤ ਅਕਾਊਂਟ 'ਚ ਪੈ ਗਏ ਸੀ। ਇਹ ਪੈਸੇ ਵਾਪਸ ਨਾ ਦੇਣ ਦੇ ਵਿੱਚ ਇਹਨਾਂ ਨੇ ਗੁੱਸੇ ਵਿੱਚ ਆ ਕੇ ਇਹਨਾਂ ਨੇ 18-19 ਦੀ ਰਾਤ ਨੂੰ ਇਹਨੂੰ 2 ਵਜੇ ਜਿਹੜਾ ਸ਼ਾਰਪ ਵੈਪਨਸ ਨਾਲ ਮਰਡਰ ਕਰਤਾ। ਇਹ ਜਿਹੜੇ ਦੋਨੋਂ ਮੁਲਜ਼ਮ ਨੇ ਇਹਨਾਂ ਨੇ 2013 ਦੇ ਵਿੱਚ ਪਿੰਡ ਦੇ ਵਿੱਚ ਇੱਕ ਮਰਡਰ ਕੀਤਾ ਸੀ, ਉਹਨੂੰ ਵੀ ਬੜੀ ਬੁਰੀ ਤਰ੍ਹਾਂ ਜਿਹੜਾ ਅੱਗ ਲਾ ਕੇ ਸਾੜਤਾ ਸੀਗਾ। ਉਹਦੇ ਵਿੱਚ ਜਿਹੜੇ ਜੇਲ੍ਹ 'ਚ ਸੀਗੇ ਔਰ ਇਹਦਾ ਜਿਹੜਾ ਫਾਦਰ ਹੈ ਉਹ ਦਿਵਾਲੀ ਤੋਂ 2-4 ਦਿਨ ਪਹਿਲਾਂ ਹੀ ਜਿਹੜਾ ਬੇਲ 'ਤੇ ਬਾਹਰ ਆਇਆ ਸੀਗਾ ਔਰ ਆਉਣ ਦੇ ਉੱਤੇ ਉਹਨਾਂ ਨੇ ਪਿੰਡ ਦੇ ਵਿੱਚ ਇੱਕ ਬਲਕਾਰ ਸਿੰਘ ਨਾਮ ਦੇ ਲੜਕੇ ਦਾ ਵੀ ਮਰਡਰ ਕੀਤਾ ਸੀਗਾ, ਜਿਹਦੇ ਵਿੱਚ ਵੀ ਇਹ ਪਕੌੜੇ ਨੇ। ਇਹਨਾਂ ਦੋਨਾਂ ਦੇ ਉੱਪਰ ਟੋਟਲ ਜਿਹੜੇ ਆ 5 ਇਸ ਮੁਕੱਦਮੇ ਸਮੇਤ 5 ਮੁਕੱਦਮੇ ਦਰਜ ਨੇ। ਜੇ ਜਾ ਕੇ ਜਿੱਥੇ ਜਿੱਥੇ ਵੀ ਰਹੇ ਨੇ, ਜਿੱਥੇ ਜਿੱਥੇ ਵੀ ਇਹਨਾਂ ਨੇ ਪਨਾਹ ਲਈ ਹੈ, ਅਸੀਂ ਉਹਨਾਂ ਦਾ ਵੀ 212-216 ਦੇ ਵਿੱਚ ਚਲਾਨ ਕਰਾਂਗੇ ਔਰ ਇਹਨਾਂ ਦੇ ਜਿਹੜੀ ਅਗਲੀ ਪੁੱਛਗਿੱਛ ਹੈ ਅਸੀਂ ਅੱਜ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਉਹ ਕਰਾਂਗੇ। ਜੇ ਕੋਈ ਨਵੀਂ ਚੀਜ਼ ਆਈ ਅਸੀਂ ਪ੍ਰੈਸ ਨੂੰ ਬਰੀਫ ਕਰਾਂਗੇ।